بسم الله الرحمن الرحيم ਕੂਕ ਫਰੀਦਾ ਕੂਕ ਤੂੰ ਜਿਉਂ ਰਾਖਾ ਜਵਾਰ ਜਬ ਲਗ ਟਾਂਡਾ ਨਾ ਗਿਰੇ ਤਬ ਲਗ ਕੂਕ ਪੁਕਾਰ। ਅੱਜ ਦੀ ਪੰਜਾਬੀ ਬੈਠਕ ਦੇ ਨਾਲ ਮੁਹੰਮਦ ਹਸਨੈਨ ਭੱਟੀ ਤੁਹਾਡੀ ਸੇਵਾ 'ਚ ਹਾਜ਼ਰ ਹੈ ਅਤੇ ਸਾਡਾ ਜਿਹੜਾ ਸਿਲਸਿਲੇਵਾਰ ਬੈਠਕ ਦਾ ਚੱਲ ਰਿਹਾ ਮਾਮਲਾ ਮੇਰੀ ਆਪਣੀ ਕਿਤਾਬ ਕੂਕ ਪਾਕਿਸਤਾਨ ਕੂਕ ਦੇ ਹਵਾਲੇ ਦੇ ਨਾਲ ਉਹ ਤੁਹਾਡੇ ਸਾਹਮਣੇ ਅੱਜ ਫਿਰ ਇੱਕ ਬੈਠਕ ਲੈ ਕੇ ਮੈਂ ਹਾਜ਼ਰ ਹਾਂ। ਕਿ ਮਜ਼ਮੂਨ ਪੜ੍ਹ ਕੇ ਉਹਨਾਂ ਦੀ ਤਸ਼ਰੀਹ ਕਰਨਾ ਜਿਸ ਤਰ੍ਹਾਂ ਕਿ ਸੱਜਣ ਬੇਲੀਆਂ ਦੀ ਦਾ ਆਖਣਾ ਸੀ ਮਿੱਤਰਾਂ ਦਾ ਕਿ ਤੁਸੀਂ ਖੁਦ ਇਹਨਾਂ ਨੂੰ ਬਿਆਨ ਕਰੋ ਅਤੇ ਅੱਜ ਦਾ ਜਿਹੜਾ ਮਜ਼ਮੂਨ ਹੈ ਉਹ ਜਿਹੜਾ ਸ਼ੇਰ ਹੈ ਹਜ਼ੂਰ ਬਾਬਾ ਫਰੀਦੁੱਦੀਨ ਛਿਕਲਕੰਜ ਰਹਿਮਤੁੱਲਾ ਅਲੈਹ ਦਾ ਅਤੇ ਬਾਬਾ ਜੀ ਦੇ ਮੁਤਲਕ ਹੀ ਅੱਜ ਦੀ ਬੈਠਕ ਹੈ ਔਰ ਸਫ਼ਾ ਨੰਬਰ 35 ਤੋਂ ਲੈ ਕੇ ਸਫ਼ਾ 38 ਤੱਕ ਅਸੀਂ ਪੜ੍ਹਾਂਗੇ ਔਰ ਆਪਣੇ ਵੇਖਣ ਸੁਣਨ ਵਾਲਿਆਂ ਦੀ ਸੇਵਾ ਦੇ ਵਿੱਚ ਮੈਂ ਇਸ ਦੀ ਸ਼ਰ੍ਹਾ ਬਿਆਨ ਕਰਾਂਗਾ। ਔਰ ਕੂਕ ਪਾਕਿਸਤਾਨ ਕੂਕ ਸਫ਼ਾ 35 ਬਾਬਾ ਫਰੀਦੁੱਦੀਨ ਛਿਕਲਕੰਜ ਪੰਜਾਬ ਅਤੇ ਪੰਜਾਬੀ ਪਹਿਲਾ ਪਰਾਗਾ ਵਸੇਬੀ ਵਿਚਾਰ ਪਹਿਲਾ ਪਰਾਗਾ ਵਸੇਬੀ ਵਿਚਾਰ ਅਤੇ ਅੱਜ ਇਸ ਹਵਾਲੇ ਨਾਲ ਮੈਂ ਤੁਹਾਡੀ ਸੇਵਾ 'ਚ ਬਿਆਨ ਕਰਾਂਗਾ। ਇਸ ਤੋਂ ਪਹਿਲਾਂ ਕਿ ਮੈਂ ਅੱਜ ਦੀ ਪੰਜਾਬੀ ਬੈਠਕ ਨੂੰ ਅੱਗੇ ਵਧਾਵਾਂ ਤੁਹਾਡੀ ਸੇਵਾ 'ਚ ਮੈਂ ਅਰਜ਼ ਕਰਾਂਗਾ ਕਿ ਕੂਕ ਸਾਡੇ ਚੈਨਲ ਦਾ ਨਾਮ ਕੂਕ ਪਾਕਿਸਤਾਨ ਕੂਕ ਹੈ ਅਤੇ ਇਹਦੇ ਉੱਤੇ ਅੱਜ ਅਸੀਂ ਤੀਜੀ ਬੈਠਕ ਦੇ ਵਿੱਚ ਮੈਂ ਹਾਜ਼ਰ ਹਾਂ। ਪਹਿਲੇ ਦੋ ਪਰਾਗੇ ਜਿਹੜੇ ਸਨ ਹਜ਼ਰਤ ਸ਼ਾਹ ਹੁਸੈਨ ਲਾਹੌਰੀ ਦੇ ਮੁਤਲਕ ਸਨ ਜਿਨ੍ਹਾਂ ਨੂੰ ਮਾਧੂ ਲਾਲ ਹੁਸੈਨ ਵੀ ਆਖਿਆ ਜਾਂਦਾ ਹੈ। ਮਾਧੂ ਲਾਲ ਹੁਸੈਨ ਲਾਹੌਰੀ ਕਾਫ਼ੀ ਦੇ ਮੋਢੀ ਸ਼ਾਇਰ ਸਨ। ਪਹਿਲਾ ਔਰ ਦੂਜਾ ਪਰਾਗਾ ਬਿਆਨ ਕੀਤਾ ਗਿਆ, ਦੋ ਬੈਠਕਾਂ ਹੋ ਚੁੱਕੀਆਂ, ਅੱਜ ਤੀਜੀ ਬੈਠਕ ਹੈ ਅਤੇ ਇਹ ਬਾਬਾ ਜੀ ਫਰੀਦ ਦੇ ਮੁਤਲਕ ਕਿਉਂਕਿ ਮੁਹੱਰਮ ਸ਼ਰੀਫ ਦਾ ਮਹੀਨਾ ਚੱਲ ਰਿਹਾ ਹੈ ਔਰ ਇਸ ਦੇ ਵਿੱਚ ਬਾਬਾ ਜੀ ਦਾ ਉਸ ਹੁੰਦਾ ਹੈ ਔਰ ਇਹ ਉਸ ਜਿਹੜਾ ਨਾ ਨੌਂ ਮੁਹੱਰਮ ਉਲ ਹਰਾਮ ਤੱਕ ਜਾਰੀ ਰਹਿੰਦਾ ਹੈ ਅਤੇ ਉਹਦੀਆਂ ਤਕਰੀਬਾਤ ਬੇਸ਼ਤੀ ਦਰਵਾਜ਼ਾ ਖੋਲ੍ਹ ਦਿੱਤਾ ਜਾਂਦਾ ਹੈ, ਲੋਕ ਉੱਥੋਂ ਗੁਜ਼ਰਦੇ ਨੇ ਅਤੇ ਬਾਬਾ ਜੀ ਦੀ ਸ਼ਖਸੀਅਤ ਬਹੁਤ ਭਾਰੀ ਹੈ। ਲੱਖਾਂ ਲੋਕ ਆਪ ਦੇ ਇਸ ਦਿਨ ਦੇ ਉੱਤੇ ਇਸ ਦਿਹਾੜ ਦੇ ਉੱਤੇ ਆਪ ਦੇ ਮਿਜ਼ਾਰ ਮੁਬਾਰਕ 'ਤੇ ਹਾਜ਼ਰ ਹੁੰਦੇ ਨੇ ਔਰ ਆਪਣੀ ਅਕੀਦਤ ਦਾ ਇਜ਼ਹਾਰ ਕਰਦੇ ਨੇ। ਜਿਹੜੀ ਲੁਕਾਈ ਦੇ ਨਾਲ ਆਪਦੀ ਜੁੜਤ ਸੀ ਉਹ ਸਾਬਤ ਹੁੰਦਾ ਹੈ ਕਿ ਅੱਜ ਵੀ ਲੱਖਾਂ ਲੋਕ ਪਾਕਿਸਤਾਨ ਨੂੰ ਦੇ ਅੰਦਰੋਂ ਪੰਜਾਬ ਵਿੱਚੋਂ ਚੜ੍ਹਦੇ ਪੰਜਾਬ ਵਿੱਚੋਂ ਲਹਿੰਦੇ ਪੰਜਾਬ ਵਿੱਚੋਂ ਪੂਰੇ ਪਾਕਿਸਤਾਨ 'ਚੋਂ ਔਰ ਪਾਕਿਸਤਾਨ ਤੋਂ ਬਾਹਰੋਂ ਹਾਜ਼ਰ ਹੁੰਦੇ ਨੇ ਔਰ ਉਸ ਦੀ ਇਹਨਾਂ ਤਕਰੀਬਾਤ ਵਿੱਚ ਇਹ ਲੋਕ ਸ਼ਿਰਕਤ ਕਰਕੇ ਅਤੇ ਆਪਣੀ ਬਾਬਾ ਜੀ ਦੇ ਨਾਲ ਆਪਣੀ ਜੁੜਤ ਦਾ ਇਜ਼ਹਾਰ ਕਰਦੇ ਨੇ ਅਤੇ ਬਾਬਾ ਜੀ ਨੇ ਆਖਿਆ ਕੀ ਵਜ੍ਹਾ ਸੀ ਕਿ ਉਹਨਾਂ ਦੀ ਤਾਲੀਮਾਤ ਲੋਕਾਂ 'ਚ ਆਮ ਹੋਈਆਂ ਅਤੇ ਜਿਹੜਾ ਸਾਡਾ ਸਿਲਸਿਲਾ ਚੱਲਣ ਡਿਆ ਕਿ ਅਸੀਂ ਸੂਫੀ ਸ਼ਾਇਰਾਂ ਦੇ ਮੁਤਲਕ ਆਮ ਤੌਰ 'ਤੇ ਦੋ ਪਰਾਗੇ ਬਿਆਨ ਕੀਤੇ ਨੇ, ਕਿਸੇ ਸ਼ੁਭ ਸੂਫੀ ਸ਼ਾਇਰ ਦੇ ਮੁਤਲਕ ਇੱਕ ਪਰਾਗਾ ਵੀ ਹੈ ਅਤੇ ਇਸ ਕਿਤਾਬ ਦੇ ਵਿੱਚ 35 ਸੂਫੀ ਸ਼ਾਇਰਾਂ ਦੇ ਵਿਚਾਰ ਬਿਆਨ ਕੀਤੇ ਗਏ ਹਨ ਅਤੇ ਹੁਣ ਬਾਬਾ ਜੀ ਫਰੀਦ ਦਾ ਜਿਹੜਾ ਪਹਿਲਾ ਪਰਾਗਾ ਉਹਨਾਂ ਦੇ ਮੁਤਲਕ ਵਸੇਬੀ ਵਿਚਾਰ ਯਾਨੀ ਵਸੇਬ ਰਹਿਤਲ ਬਹਿਤਲ ਰਸਮਾਂ ਰਿਵਾਜ ਔਰ ਇੱਥੋਂ ਦੇ ਇਲਾਕੇ ਦੇ ਹਵਾਲੇ ਨਾਲ ਬਾਬਾ ਜੀ ਨੇ ਆਪਣੀ ਸ਼ਾਇਰੀ ਰਾਹੀਂ ਕੀ ਬਿਆਨ ਕੀਤਾ ਇਹ ਅੱਜ ਬਿਆਨ ਹੈਗਾ। ਸਫ਼ਾ 35 ਕੂਕ ਪਾਕਿਸਤਾਨ ਕੂਕ
ਸਰਨਾਮਾ ਜੀ ਬਾਬਾ ਫਰੀਦੁਦੀਨ ਸ਼ਕਰਗੰਜ ਰਹਿਮਤੁਲਾਹ ਅਲੈਹ ਪੰਜਾਬ ਤੇ ਪੰਜਾਬੀ ਪਹਿਲਾ ਪਰਾਗਾ ਵਸੇਬੀ ਵਿਚਾਰ। ਹਜ਼ਰਤ ਬਾਬਾ ਫਰੀਦੁਦੀਨ ਸ਼ਕਰਗੰਜ ਦੀ ਜੰਮਨ ਬੋਏ ਕੋਠੇਵਾਲ ਸ਼ਾਵਲੀ ਮਸ਼ਾਇਖ ਮੁਲਤਾਨ ਤੇ ਜੰਮਨ ਵਰਾ 584 ਹਿਜਰੀ 1188 ਈਸਵੀ ਏ। ਅਸਲ ਨਾਮ ਮਸੂਦ ਤੇ ਅਲਕਾਬ ਫਰੀਦੁਦੀਨ ਸ਼ਕਰਗੰਜ ਕੁਤਬੁਲ ਅਖਤਾਬ ਤੇ ਸ਼ੇਖੁਲ ਇਸਲਾਮ ਨੇ। ਆਪ ਦੇ ਵਾਲਦੇ ਮਾਜਦ ਹਜ਼ਰਤ ਕਾਜ਼ੀ ਜਮਾਲਉਦੀਨ ਰਹਿਮਤੁਲਾਹ ਅਲੈਹ ਵਲੀਏ ਕਾਮਲ ਸਨ ਤੇ ਵਾਲਦਾ ਮਾਜਦਾ ਹਜ਼ਰਤ ਕੁਰਸੁਮ ਬੀਬੀ ਰਹਿਮਤੁਲਾਹ ਅਲੈਹ ਅਤੇ ਵਾਲਦਾ ਮਾਜਦਾ ਹਜ਼ਰਤ ਕੁਰਸੁਮ ਬੀਬੀ ਰਹਿਮਤੁਲਾਹ ਅਲੈਹਾ ਨੂੰ ਰਾਬਾ ਅਸਰ ਆਖਿਆ ਜਾਂਦਾ ਹੈ। ਬਾਬੇ ਹੋਰਾਂ ਦੀ ਵਫਾਤ 5 ਮੁਹਰਮ 678 ਹਿਜਰੀ 7 ਮਈ 1280 ਈਸਵੀ ਨੂੰ ਪਾਕ ਪਤਨ ਵਿੱਚ ਹੋਈ ਤੇ ਇੱਥੇ ਹੀ ਆਪ ਦਾ ਮਜ਼ਾਰ ਮੁਬਾਰਕ ਹੈ। ਕੋਠੇਵਾਲ ਉਹ ਇਲਾਕਾ ਹੈ ਚਾਵਲੀ ਮਸ਼ਾਇਖ ਮੁਲਤਾਨ, ਯਾਨੀ ਆਪ ਦਾ ਜਿਹੜਾ ਜੰਮਨ ਬੋਏ ਵੇ ਉਹ ਤੇ ਮੁਲਤਾਨ ਹੈ ਤੇ 1188 ਜਿਹੜਾ ਨਾ ਉਹ ਸਾਲ ਹੈ ਜੰਮਨ ਸਾਲ ਤੇ ਆਪ ਦੇ ਜਿਹੜਾ ਅਸਲ ਨਾਮ ਮਸੂਦ ਸੀ ਤੇ ਆਪ ਦੇ ਜਿਹੜੇ ਲਕਬ ਨੇ ਫਰੀਦੁਦੀਨ ਸ਼ਕਰਗੰਜ ਤੇ ਕੁਤਬੁਲ ਅਖਤਾਬ ਤੇ ਸ਼ੇਖੁਲ ਇਸਲਾਮ। ਸ਼ੇਖੁਲ ਇਸਲਾਮ ਕੁਤਬੁਲ ਅਖਤਾਬ ਸਭ ਰੁਤਬੇ ਨੇ ਕਿਉਂਕਿ ਆਪ ਦੇ ਵੇਲੇ ਜਿਹੜੇ ਮੁਸਲਮਾਨਾਂ ਦੇ ਜਿਹੜੇ ਰੂਹਾਨੀ ਇਲਮੀ ਮਰਾਕਜ਼ ਸਨ ਉਹ ਸਰਦ ਪਿਆ ਸਨ ਕਿਉਂਕਿ ਚੰਗੇਜ਼ੀ ਹਮਲਿਆਂ ਦੇ ਪਾਰੋਂ ਹਰ ਪਾਸੇ ਥਰਤਲੀ ਮੱਚੀ ਹੋਈ ਸੀ। ਟੁੱਟ ਭੱਜ ਦੇ ਪਾਰੋਂ ਜਿਹੜਾ ਵਸੇਬ ਸੀ ਉਹਦੇ ਵਿੱਚ ਇਲਮੀ ਮਰਾਕਜ਼ ਠੰਡੇ ਪੈ ਗਏ ਸਨ ਔਰ ਬਹੁਤ ਜ਼ਿਆਦਾ ਤਬਾਹੀ ਹੋਈ ਸੀ। ਇਹਨਾਂ ਹਾਲਾਤ ਦੇ ਵਿੱਚ ਬਾਬਾ ਜੀ ਫਰੀਦ ਨੇ ਅੱਜ ਉਹ ਦਿਨ ਪਾਕ ਪਤਨ ਦੇ ਵਿੱਚ ਜਿਹੜਾ ਅੱਜ ਪਾਕ ਪਤਨ ਖਵਾਉਂਦਾ ਉਦੋਂ ਅੱਜ ਉਹ ਦਿਨ ਖਵਾਉਂਦਾ ਸੀ ਇੱਕ ਖਾਨਕਾਹ ਦੀ ਬੁਨਿਆਦ ਰੱਖੀ ਯਾਨੀ ਚਿਸ਼ਤੀ ਜਮਾਤ ਖਾਨਾ ਦੀ ਜਿਹਨੇ ਚੱਲ ਕੇ ਅੱਗੇ ਚੱਲ ਕੇ ਫਿਰ ਦੀਨ ਇਸਲਾਮ ਦੀ ਬਹੁਤ ਖਿਦਮਤ ਕੀਤੀ। ਇਸ ਪਾਰੋਂ ਜਿਹੜਾ ਆਪ ਨੇ ਰਿਵਾਈਵਲ ਦਾ ਕੰਮ ਕੀਤਾ ਔਰ ਮੁਸਲਮਾਨਾਂ ਲਈ ਇੱਕ ਇਲਮੀ ਮਰਕਜ਼ ਕਾਇਮ ਕੀਤਾ ਔਰ ਲੋਕਾਈ ਨਾਲ ਜੁੜ ਕੇ ਆਪ ਨੇ ਆਪਣਾ ਸੁਨੇਹਾ ਅਗਾਂਹ ਟੋਰਿਆ ਅਤੇ ਆਪ ਨੂੰ ਸ਼ੇਖੁਲ ਇਸਲਾਮ ਆਖਿਆ ਜਾਂਦਾ ਕਿ ਆਪ ਨੇ ਸੇਵਾ ਕੀਤੀ ਦੀਨ ਇਸਲਾਮ ਦੀ ਔਰ ਇੱਕ ਵਾਰੀ ਫਿਰ ਇਲਮ ਰੂਹਾਨੀਅਤ ਔਰ ਇਸ ਨੂੰ ਤਰੱਕੀ ਦਿੱਤੀ। ਹਜ਼ਰਤ ਬਾਬਾ ਜੀ ਫਰੀਦ ਰਹਿਮਤੁਲਾਹ ਅਲੈਹ ਪੰਜਾਬੀ ਦੇ ਮੋਢੀ ਸ਼ਾਇਰ ਨੇ, ਮਤਲਬ ਆਪ ਦੇ ਬਾਰੇ 'ਚ ਕਿਹਾ ਜਾਂਦਾ ਕਿ ਸੂਫੀ ਸ਼ਾਇਰੀ ਜਿਹੜੀ ਆਪ ਤੋਂ ਟੁਰੀ ਹੈ। ਪੰਜਾਬ ਦੇ ਅੰਦਰ ਸੂਫੀ ਸ਼ਾਇਰੀ ਹੁਣ ਤੱਕ ਦੀ ਮਾਲੂਮ ਤਾਰੀਖ ਜਿਹੜੀ ਹੈ ਉਹ ਜਿਹੜੀ ਨਾ ਉਹ ਆਪ ਦੇ ਮੁਤਲਕ ਹੀ ਆਖਿਆ ਜਾਂਦਾ ਕਿਉਂਕਿ ਬਾਕਾਇਦਾ ਦੀਵਾਨ ਆਪ ਦਾ ਹੀ ਮਿਲਦਾ ਹੈ ਸਿੱਖਾਂ ਦੀ ਮੁਕੱਦਸ ਕਿਤਾਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪ ਦਾ ਕਲਾਮ ਮੌਜੂਦ ਹੈ ਅਤੇ ਕੁਝ ਹੋਰ ਥਾਵਾਂ ਤੋਂ ਵੀ ਲੱਭਾ ਹੈ। ਗਰਚੇ ਥੋੜ੍ਹਾ ਜਿਹਾ ਕਲਾਮ ਹਜ਼ਰਤ ਸ਼ੇਖੁਲ ਇਸਲਾਮ ਬਹਾਉਦੀਨ ਜ਼ਕਰੀਆ ਮੁਲਤਾਨੀ ਰਹਿਮਤੁਲਾਹ ਅਲੈਹ ਦਾ ਵੀ ਮਿਲਦਾ ਹੈ ਜਿਹਨਾਂ ਦਾ ਮਜ਼ਾਰ ਮੁਲਤਾਨ ਸ਼ਰੀਫ ਵਿੱਚ ਹੈ, ਮਗਰ ਉਹ ਕਲਾਮ ਬਹੁਤ ਥੋੜ੍ਹਾ ਹੈ, ਕੋਈ ਦੀਵਾਨ ਦੀ ਸ਼ਕਲ 'ਚ ਨਹੀਂ। ਉਸ ਉਹਨਾਂ ਦੀ ਵੀ ਸ਼ਾਇਰੀ ਮਿਲਦੀ ਹੈ ਲੇਕਿਨ ਉਹ ਬਹੁਤ ਥੋੜ੍ਹੀ ਹੈ ਅਤੇ ਜ਼ਮਾਨਾ ਉਹਨਾਂ ਦਾ ਥੋੜ੍ਹਾ ਜਿਹਾ ਆਪ ਇੱਕ ਦੂਸਰੇ ਦੇ ਸਮਕਾਲੀ ਵੀ ਸਨ, ਸਮਕਾਲੀ ਸ਼ਾਇਰ ਵੀ ਸਨ, ਮਗਰ ਚੂੰਕਿ ਉਹਨਾਂ ਦਾ ਕੰਮ ਸ਼ਾਇਰੀ 'ਚ ਜ਼ਰਾ ਘੱਟ ਹੈ ਅਤੇ ਬਹੁਤ ਨਾ ਹੋਣ ਦੇ ਬਰਾਬਰ ਹੈ, ਉਹ ਚੰਦ ਸ਼ੇਰ ਨੇ ਜਿਹੜੇ ਮਿਲੇ ਨੇ ਅਤੇ ਇਸ ਲਈ ਬਾਕਾਇਦਾ ਤੌਰ 'ਤੇ ਦੀਵਾਨ ਆਪ ਦਾ ਹੀ ਲੱਭਦਾ ਹੈ। ਇਸ ਲਈ ਆਪ ਨੂੰ ਪੰਜਾਬੀ ਦਾ ਪਹਿਲਾ ਮੋਢੀ ਸ਼ਾਇਰ ਮੰਨਿਆ ਗਿਆ।
ਜਿਹੜੀ ਸੂਫੀ ਰਵਾਇਤ ਦਾ ਪ੍ਰਚਾਰ ਕੀਤਾ ਵੱਤ ਆਉਣ ਵਾਲੇ ਸਮੇਂ ਸਭੇ ਸੂਫੀ ਸਿਆਣਿਆਂ ਨੇ ਉਸ ਰਵਾਇਤ ਦੀ ਪੈਰਵੀ ਕੀਤੀ। ਹਜ਼ਰਤ ਬਾਬਾ ਜੀ ਫਰੀਦ ਰਹਿਮਤੁੱਲਾ ਅਲੈਹ ਪੰਜਾਬੀ ਦੇ ਮੋਢੀ ਸੂਫੀ ਸ਼ਾਇਰ ਨੇ। ਆਪ ਨੇ ਜਿਹੜੀ ਸੂਫੀ ਰਵਾਇਤ ਦਾ ਪ੍ਰਚਾਰ ਕੀਤਾ ਵੱਤ ਆਉਣ ਵਾਲੇ ਸਮੇਂ ਸਭੇ ਸੂਫੀ ਸਿਆਣਿਆਂ ਨੇ ਉਸ ਰਵਾਇਤ ਦੀ ਪੈਰਵੀ ਕੀਤੀ। ਲੁਕਾਈ ਨੂੰ ਸਿੱਧੇ ਪੰਧ ਵੱਲ ਟੋਰਨ ਲਈ, ਉਹਨਾਂ ਨੂੰ ਸਮਝਾਉਣ ਲਈ ਆਪ ਨੇ ਪੰਜਾਬੀ ਵਸੇਬ ਵਿੱਚੋਂ ਮਿਸਾਲਾਂ ਰਾਹੀਂ ਗੱਲ ਕੀਤੀ। ਇਹ ਮਿਸਾਲਾਂ ਲੋਕਾਈ ਦੀ ਹਯਾਤੀ ਅਤੇ ਉਹਨਾਂ ਦੀ ਵਸੋਂ ਦਾ ਹਿੱਸਾ ਸਨ, ਜਿਸ ਪਰ ਆਪ ਦੇ ਵਿਚਾਰਾਂ ਨੂੰ ਸਮਝਣਾ ਅਤੇ ਉਹਨਾਂ ਉੱਤੇ ਅਮਲ ਕਰਨਾ ਲੋਕਾਈ ਲਈ ਬਹੁ ਸੌਖਾ ਹੈ। ਪੰਜਾਬੀ ਦੇ ਵਸੇਬ ਨਾਲ ਆਪ ਦੀ ਜੁੜਤ ਬਾਰੇ ਇੱਥੇ ਬਿਆਨ ਕੀਤਾ ਜਾ ਰਿਹਾ ਹੈ, ਯਾਨੀ ਕਿਸ ਤਰ੍ਹਾਂ ਆਪ ਦਾ ਕਲਾਮ ਵਸੇਬ ਨਾਲ ਜੁੜਿਆ ਹੋਇਆ ਹੈ, ਆਪ ਨੇ ਵਸੇਬੀ ਜਿਹੜੇ ਵਿਚਾਰ ਨੇ ਕਿੰਜ ਬਿਆਨ ਕੀਤੇ, ਵਸੇਬ ਨਾਲ ਜੁੜ ਕੇ ਆਪਣੇ ਵਿਚਾਰਾਂ ਨੂੰ ਕਿਸ ਤਰ੍ਹਾਂ ਲੁਕਾਈ ਨਾਲ ਲੁਕਾਈ ਲਈ ਬਿਆਨ ਕੀਤਾ। ਚੰਦ ਮਿਸਾਲਾਂ ਨੇ ਇਹਦੀ ਗੱਲ। ਰੁੱਖ ਬੂਟੇ ਨੂੰ ਜਾਂ ਦਰਖਤ ਨੂੰ ਰੁੱਖ ਕਿਹਾ ਜਾਂਦਾ ਹੈ ਅਤੇ ਰੁੱਖ ਦਾ ਆਪਨੇ ਆਪਣੇ ਸ਼ੇਰ ਦੇ ਵਿੱਚ ਇਸਤੇਮਾਲ ਕੀਤਾ, ਮੈਂ ਉਸਨੂੰ ਬਿਆਨ ਕਰਾਂਗਾ। ਬਾਬਾ ਜੀ ਫਰੀਦ ਰਹਿਮਤੁੱਲਾ ਅਲੈਹ ਹਯਾਤੀ ਦੀਆਂ ਔਕੜਾਂ ਨੂੰ ਸਬਰ ਅਤੇ ਹਿੰਮਤ ਨਾਲ ਮੁਕਾਬਲਾ ਕਰਨ ਦੀ ਮੱਤ ਦਿੰਦੇ ਨੇ। ਉਹ ਰੁੱਖਾਂ ਦੀ ਅਲਾਮਤ ਵਰਤੀਂਦੇ ਨੇ ਅਤੇ ਲੁਕਾਈ ਨੂੰ ਦੱਸਦੇ ਨੇ ਵੀ ਜਿਵੇਂ ਰੁੱਖ ਧੁੱਪ ਦੀ ਸਖਤੀ ਨੂੰ ਬਰਦਾਸ਼ਤ ਕਰਦੇ ਨੇ, ਇੰਜੀ ਇਹ ਇਨਸਾਨ ਤੂੰ ਵੀ ਆਪਣੇ ਅੰਦਰ ਸਬਰ ਅਤੇ ਬਰਦਾਸ਼ਤ ਪੈਦਾ ਕਰ। ਆਪ ਲਿਖਦੇ ਨੇ, ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾ ਬੁਰਾਂਦ, ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾ ਬੁਰਾਂਦ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ। ਅੱਛਾ, ਇੱਥੇ ਉਹ ਰੱਬ ਦੀ ਬਾਰਗਾਹ ਦੇ ਅੰਦਰ ਹਾਜ਼ਰ ਹੋਣ ਦਾ ਕਹਿ ਰਹੇ ਨੇ ਲੁਕਾਈ ਨੂੰ, ਔਰ ਕਹਿ ਰਹੇ ਨੇ ਕਿ ਦਿਲ ਦੇ ਸਾਰੇ ਦੁੱਖਾਂ ਦਾ ਇਲਾਜ ਏਵੇ ਕਿ ਰੱਬ ਨਾਲ ਤਲਕ ਨੂੰ ਮਜ਼ਬੂਤ ਕਰੋ, ਜੋੜ ਲਵੋ ਅਤੇ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣਗੇ। ਅਤੇ ਦਰਵੇਸ਼ਾਂ ਦੀ ਸਭ ਤੋਂ ਅੱਤ ਜ਼ਰੂਰੀ ਚੀਜ਼ ਕੀ ਆ ਫਰਮਾਣੇ? ਰੁੱਖਾਂ ਦੀ ਜਿਰਾਂਦ। ਜਿਸ ਤਰ੍ਹਾਂ ਰੁੱਖ ਜਿਹੜੇ ਨੇ ਉਹਨਾਂ ਦਾ ਜਿਗਰ ਹੈ, ਉਹਨਾਂ ਦਾ ਜਿਗਰਾ ਹੈ ਕਿ ਉਹ ਗਰਮੀ ਬਰਦਾਸ਼ਤ ਕਰਦੇ ਨੇ ਲੇਕਿਨ ਦੂਸਰੇ ਲੋਕਾਂ ਨੂੰ ਉਹ ਔਰ ਆਉਣ ਵਾਲੇ ਰਾਹੀਆਂ ਨੂੰ ਆਪਣੇ ਥੱਲੇ ਬਹਿਣ ਵਾਲਿਆਂ ਨੂੰ ਛਾਂ ਦਿੰਦੇ ਨੇ। ਅਤੇ ਇਸ ਲਈ ਕਿਹਾ ਜਾਂਦਾ ਨੇ ਮਾਂ ਦਾ ਦੂਜਾ ਰੂਪ ਨੇ ਜਿਹੜੇ ਰੁੱਖ ਨੇ। ਅਤੇ ਬਾਬਾ ਜੀ ਫਰੀਦ ਵੀ ਉਹਨਾਂ ਦੇ ਸਬਰ ਦੀ ਮਿਸਾਲ ਦੇ ਰਹੇ ਨੇ ਅਤੇ ਉਹ ਬਹੁਤ ਸੋਹਣੀ ਮਿਸਾਲ ਦੇ ਰਹੇ ਨੇ। ਮੈਂ ਸ਼ੇਰ ਦੁਬਾਰਾ ਪੜ੍ਹਾਂਗਾ। ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾ ਬੁਰਾਂਦ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ। ਕਿ ਦਰਵੇਸ਼ਾਂ ਨੂੰ ਜ਼ਰੂਰਤ ਕਿਸ ਚਾਹੀਦੀ ਹੈ? ਕਿ ਜਿਸ ਤਰ੍ਹਾਂ ਦਾ ਜਿਗਰ ਸਬਰ ਰੁੱਖਾਂ ਦੇ ਵਿੱਚ, ਇਸ ਤਰ੍ਹਾਂ ਹੀ ਦਰਵੇਸ਼ਾਂ ਨੂੰ ਚਾਹੀਦਾ ਫਕੀਰ ਲੋਕਾਂ ਨੂੰ ਕਿ ਉਹਦੀ ਪੈਰਵੀ ਕਰਨ। ਯਾਨੀ ਕਿ ਦੂਸਰੇ ਲਫ਼ਜ਼ਾਂ 'ਚ ਆਪ ਕਹਿ ਰਹੇ ਨੇ ਕਿ ਦਰਵੇਸ਼ ਲੋਕੀ, ਅਸੀਂ ਜਿਹੜੇ ਦਰਵੇਸ਼ ਲੋਕ ਹਾਂ, ਅਸੀਂ ਤਾਂ ਦਰਖਤਾਂ ਦੀ ਤਰ੍ਹਾਂ ਦੁੱਖ ਬਰਦਾਸ਼ਤ ਕਰਦੇ ਹਾਂ, ਧੁੱਪ ਬਰਦਾਸ਼ਤ ਕਰਦੇ ਹਾਂ ਅਤੇ ਲੋਕਾਂ ਨੂੰ ਛਾਂ ਦਿੰਦੇ ਹਾਂ। ਹੁਣ ਤੱਕ ਇਹ ਸਿਲਸਿਲਾ। ਦੂਸਰੀ ਮਿਸਾਲ ਟੋਏ ਟਿੱਬੇ। ਟੋਏ ਟਿੱਬੇ ਵੀ ਵਸੇਬ ਦੀ ਅਲਾਮਤ ਹੈ ਅਤੇ ਇਸ ਨੂੰ ਵੀ ਆਪ ਨੇ ਬੜਾ ਸੋਹਣਾ ਇਸਲਾਹ ਦੇ ਪਹਿਲੂ ਦੇ ਨਾਲ ਬਿਆਨ ਕਰਦੇ ਹਾਂ। ਦੇਖਦੇ ਨੇ ਸੂਫੀ ਦਰਵੇਸ਼ ਲੋਕ ਮਨ ਦੀ ਸਫਾਈ ਕਰਨ ਦਾ ਆਰ ਕਰਦੇ ਰਹੇ ਅਤੇ ਲੋਕਾਈ ਨੂੰ ਵੀ ਇਸ ਵੱਲ ਤੋੜਦੇ ਰਹੇ। ਬਾਬਾ ਜੀ ਫਰੀਦ ਲਿਖਦੇ ਨੇ, ਫਰੀਦਾ ਮਨ ਮੈਦਾਨ ਕਰ, ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾ, ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾ,
ਅੱਗੇ ਬੋਲਣਾ ਆਪਸੀ ਦੋਜ਼ਖ ਸਨ ਦੀ ਬਾਹ, ਯਾਨੀ ਫਿਕਰੇ ਆਖਰ ਦਾ ਦਰਸ ਦੇ ਰਹੇ ਨੇ ਕਿ ਅੱਗੇ ਦੋਜ਼ਖ ਦੀ ਅੱਗ ਬਲ ਰਹੀ ਹੈ, ਬੰਦੇ ਤੂੰ ਆਪਣੇ ਮਨ ਮੈਦਾਨ ਕਰ, ਯਾਨੀ ਜਿਸ ਤਰ੍ਹਾਂ ਮੈਦਾਨ ਨੂੰ ਸਾਫ ਕਰੀ ਗਿਆ, ਮਤਲਬ ਉਹ ਜਿਹੜੇ ਟੋਏ ਟਿੱਬਿਆਂ ਤੋਂ, ਟੋਏ ਟਿੱਬੇ ਲਾ, ਯਾਨੀ ਟੋਏ ਟਿੱਬਿਆਂ ਨੂੰ ਸਾਫ ਕਰਕੇ ਮੈਦਾਨ ਨੂੰ ਹਮਵਾਰ ਕਰੀ ਗਿਆ, ਉਸ ਨੂੰ ਬਰਾਬਰ ਕਰੀ ਗਿਆ। ਇਹ ਬੰਦੇ ਤੂੰ ਹੀ ਆਪਣੇ ਵਿੱਚੋਂ ਬੁਰੀਆਂ ਖਸਲਤਾਂ ਨੂੰ, ਗੁਨਾਹਾਂ ਨੂੰ ਖਤਮ ਕਰ ਔਰ ਨੇਕੀ ਵੱਲ ਤੁਰ। ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾ, ਅੱਗੇ ਮੋਲ ਨਾ ਆਵਸੀ, ਅੱਗੇ ਮੂਲ ਨਾ ਆਵਸੀ ਦੋਜ਼ਖ ਸਨ ਦੀ ਬਾਹ। ਹੁਣ ਅੱਗੇ ਇੱਕ ਹੋਰ ਵਸੇਬੀ ਲਾਮਤ ਬਾਬਾ ਜੀ ਫਰੀਦ ਬਿਆਨ ਕਰ ਰਹੇ ਨੇ, ਯਾਨੀ ਪਹਿਲੇ ਆਪਣੇ ਰੁੱਖ ਦਾ ਬਿਆਨ ਕੀਤਾ ਟੋਏ ਟਿੱਬੇ ਦਾ, ਹੁਣ ਤਨੂਰ ਤੇ ਬਾਲਣ ਦਾ। ਰਾਹੇ ਹੱਕ ਵਿੱਚ ਰਿਆਜ਼ਤ ਬਾਰੇ ਗੱਲ ਕਰਦਿਆਂ ਆਪ ਤਨੂਰ ਤੇ ਬਾਲਣ ਦੀ ਅਲਾਮਤਾਂ ਵਰਤ ਕੇ ਲੋਕਾਈ ਨਾਲ ਆਪਣੇ ਵਿਚਾਰ ਇੰਜ ਸਾਂਝੇ ਕਰਦੇ ਨੇ। ਤਨ ਤਪੇ ਤਨੂਰ ਜਿਉਂ ਬਾਲਣ ਹੱਟ ਬਲਨ, ਪੈਰੀ ਥੱਕਾਂ ਸਰ ਝੁਲਾਂ ਜੇ ਮੂੰਹ ਪਰੀ ਮਿਲਣ। ਤਨ ਤਪੇ ਤਨੂਰ ਜਿਉਂ ਬਾਲਣ ਹੱਟ ਮਿਲਣ, ਯਾਨੀ ਰਿਆਜ਼ਤ ਕਿਸ ਤਰ੍ਹਾਂ ਕਰਨੀ ਹੈ ਕਿ ਭਾਵੇਂ ਤਨੂਰ ਦੇ ਵਿੱਚ ਜਿਸ ਤਰ੍ਹਾਂ ਅੱਗ ਬਲਦੀ ਹੈ, ਯਾਨੀ ਰਾਹੇ ਹੱਕ ਦੇ ਵਿੱਚ ਜਦੋਂ ਮੁਸੀਬਤਾਂ ਔਕੜਾਂ ਪਰੇਸ਼ਾਨੀਆਂ ਹੋਣ ਤੇ ਇਹ ਬੰਦੇ ਤੂੰ ਸਬਰ ਨਾਲ ਉਹ ਬਰਦਾਸ਼ਤ ਕਰ, ਤੇ ਫਿਰ ਜਿਸ ਤਰ੍ਹਾਂ ਤਨੂਰ ਦੀ ਵਿੱਚ ਅੱਗ ਬਲਦੀ ਤੇ ਤਨੂਰ ਕਾਰਾਮਦ ਹੋ ਜਾਂਦਾ, ਉਹਦੇ ਅੰਦਰ ਰੋਟੀਆਂ ਲੱਗਦੀਆਂ ਨੇ ਜਾਂ ਹੋਰ ਉਸ ਤੋਂ ਕੰਮ ਲੈ ਜਾਂਦੇ ਨੇ, ਤੇ ਇਹ ਬੰਦੇ ਜਦੋਂ ਤੇਰੇ ਅੰਦਰ ਦੀ ਅੱਗ ਬਲੇਗੀ, ਉਹ ਤਨੂਰ ਬਲ ਪਏਗਾ, ਮਾਰਫਤ ਦੀ ਅੱਗ ਲੱਗ ਜਾਏਗੀ ਅੰਦਰ, ਤੇ ਫਿਰ ਤੂੰ ਹੀ ਕਾਰਾਮਦ ਹੋ ਜਾਏਗਾ। ਮਜ਼ਮੂਨ ਨੂੰ ਮੈਂ ਮੁਕਸਰ ਕਰਕੇ ਬਿਆਨ ਕਰ ਰਿਹਾ, ਸਫ਼ਾ 36 ਤੇ ਮੈਂ ਪਹੁੰਚ ਗਿਆ, ਕਿ ਸਫ਼ਾ 37 ਤੋਂ ਕੁਝ ਬਿਆਨ ਕਰਾਂਗਾ। ਤੇ ਬਾਬਾ ਜੀ ਜਿਹੜੇ ਨੇ ਨਾ ਇੱਥੇ ਵੀ ਕੁਝ ਅਲਾਮਤਾਂ ਜਿਹੜੀਆਂ ਨੇ ਉਹ ਬਿਆਨ ਕਰ ਰਹੇ ਨੇ ਔਰ ਦੱਸ ਰਹੇ ਨੇ ਕਿ ਗਾਜਰ ਜਿਹੜੇ ਨੇ ਨਾ ਉਹ ਗਾਜਰ ਤੇ ਬੇਰ ਦੋ ਵਸੇਬੀ ਐਸੀ ਅਲਾਮਤਾਂ ਨੇ ਜਿਹਨਾਂ ਨੂੰ ਆਪ ਵਰਤ ਰਹੇ ਨੇ। ਇੱਕ ਥਾਂ ਆਪ ਲਿਖਦੇ ਨੇ, ਅੱਛਾ ਇੱਥੇ ਇੱਕ ਵਾਕਿਆ ਵੀ ਬਿਆਨ ਕੀਤਾ ਜਾਂਦਾ, ਮੈਂ ਉਹ ਮੈਂ ਇੱਥੇ ਬਿਆਨ ਕੀਤਾ ਹੈ। ਗਾਜਰ ਤੇ ਬੇਰ ਸਾਡੇ ਵਸੇਬ ਦੀ ਬੜੀ ਅਹਿਮ ਅਲਾਮਤ ਹੈ, ਔਰ ਬੇਰ ਨੂੰ ਕਿਹਾ ਜਾਂਦਾ ਹੈ ਧਰਤੀ ਦਾ ਸੇਬ ਹੈ, ਔਰ ਗਾਜਰ ਵੀ ਬੜੀ ਇੱਕ ਅਹਿਮ ਚੀਜ਼ ਹੈ, ਵੈਸੇ ਵੀ ਖਾਧੀ ਜਾਂਦੀ, ਪਕਾਈ ਵੀ ਜਾਂਦੀ, ਇਹਦਾ ਜੂਸ ਵੀ ਪੀਤਾ ਜਾਂਦਾ। ਹਜ਼ਰਤ ਬਾਬਾ ਜੀ ਫਰੀਦ ਰਹਿਮਤੁੱਲਾ ਅਲੈਹ ਤੇ ਹਜ਼ਰਤ ਬਹਾਉਦੀਨ ਜ਼ਕਰੀਆ ਮੁਲਤਾਨੀ ਰਹਿਮਤੁੱਲਾ ਅਲੈਹ ਦੇ ਆਪਸ ਵਿੱਚ ਬਹੁਤ ਚੰਗੇ ਤਲਬਾਤ ਸਨ। ਮੁਲਤਾਨ ਤੋਂ ਹਜ਼ਰਤ ਬਹਾਉਦੀਨ ਰਹਿਮਤੁੱਲਾ ਅਲੈਹ ਬਾਬਾ ਜੀ ਫਰੀਦ ਨੂੰ ਹਰ ਵਰੇ ਗਾਜਰਾਂ ਘੱਲਦੇ ਸਨ, ਜਦਕਿ ਬਾਬੇ ਹੋਰੀ ਉਹਨਾਂ ਨੂੰ ਪਾਕ ਪਤਨ ਤੋਂ ਬੇਰ ਘੱਲਦੇ ਸਨ। ਇੱਕ ਵਾਰੀ ਇੰਜ ਹੋਇਆ ਪਈ, ਹਜ਼ਰਤ ਬਹਾਉਦੀਨ ਰਹਿਮਤੁੱਲਾ ਅਲੈਹ ਨੇ ਗਾਜਰਾਂ ਨਾ ਘੱਲੀਆਂ ਤੇ ਉਹਨਾਂ ਬਾਬੇ ਹੋਰਾਂ ਨੂੰ ਆਖਿਆ ਪਈ ਤੁਸਾਂ ਇਸ ਵਾਰੇ ਬੇਰ ਨਹੀਂ ਘੱਲੇ। ਇਹ ਜਿਸ ਦੇ ਜਵਾਬ ਵਿੱਚ ਆਪ ਨੇ ਲਿਖਿਆ, ਹੱਥੜੀ ਵੱਟੋ ਹੱਥੜੇ, ਪੈਰਾਂ ਵੱਟੋ ਪੈਰ, ਪੈਰਾਂ ਵੱਟੋ ਪੈਰ, ਤੁਸਾਂ ਨਾ ਮੁੱਤੀਆਂ ਗਾਜਰਾਂ, ਅਸਾਂ ਨਾ ਮੁੱਤੇ ਬੇਰ। ਯਾਨੀ ਇਹ ਮਾਮੂਲ ਸੀ ਕਿ ਇੱਕ ਦੂਜੇ ਨੂੰ ਆਪ ਤੋਹਫੇ ਭੇਜਦੇ ਸਨ, ਮੁਲਤਾਨ ਤੋਂ ਗਾਜਰਾਂ ਭੇਜਦੇ ਸਨ ਹਜ਼ਰਤ ਬਹਾਉਦੀਨ ਜ਼ਕਰੀਆ ਮੁਲਤਾਨੀ ਰਹਿਮਤੁੱਲਾ ਅਲੈਹ, ਔਰ ਇੱਧਰੋਂ ਪਾਕ ਪਤਨ ਤੋਂ ਬਾਬਾ ਜੀ ਫਰੀਦ ਜਿਹੜੇ ਸਨ ਉਹ ਬੇਰਾਂ ਦਾ ਤੋਹਫਾ ਘੱਲਦੇ ਸਨ ਮੁਲਤਾਨ, ਅਤੇ ਜਦੋਂ ਆਪ ਨੇ ਬੇਰ ਨਾ ਘੱਲੇ ਤਾਂ ਉਹਨਾਂ ਨੇ
ਗਿਲਾ ਕੀਤਾ ਕਿ ਕੀ ਵਜ੍ਹਾ ਹੈ ਬਾਬਾ ਜੀ ਤੁਸੀਂ ਇਸ ਵਾਰੀ ਸਾਨੂੰ ਬੇਰ ਨਹੀਂ ਕਰ ਲਏ ਤੇ ਆਪ ਨੇ ਜਵਾਬ ਵੀ ਲਿਖਿਆ ਤੁਸਾਂ ਵੀ ਤੇ ਗਾਜਰਾਂ ਨਹੀਂ ਨਾ ਕਰਨੀਆਂ ਯਾਨੀ ਇਹ ਇੱਕ ਆਪਸ ਵਿੱਚ ਬੜਾ ਮੁਹੱਬਤ ਵਾਲਾ ਤਲਕ ਸੀ ਤੋ ਔਰ ਇਹਦੇ ਵਿੱਚ ਬੜਾ ਖੂਬਸੂਰਤ ਬਿਆਨ ਹੈ ਕਿ ਹੱਥਨੀ ਵੱਟੂ ਹੱਥੜੇ ਪੈਰਾਂ ਵੱਟੂ ਪੈਰ ਤੁਸਾਂ ਨਾ ਮੁੱਤੀਆਂ ਗਾਜਰਾਂ ਅਸਾਂ ਨਾ ਮੁੱਤੇ ਬੇਰ ਯਾਨੀ ਤੁਸਾਂ ਸਾਨੂੰ ਗਾਜਰਾਂ ਨਹੀਂ ਕਰੀਆਂ ਤੇ ਵੇਖ ਲਓ ਅਸਾਂ ਮੈਂ ਤੁਹਾਨੂੰ ਬੇਰ ਨਹੀਂ ਕਰ ਲਏ ਮਤਲਬ ਇਹ ਵੇ ਇੱਥੇ ਇਸ ਗੱਲ ਦੀ ਤਰਫ ਵੀ ਇਸ਼ਾਰਾ ਹੈ ਹੁਸਨੇ ਜਿਹੜਾ ਅਖਲਾਕ ਦਾ ਉਹ ਜ਼ਿੰਦਗੀ ਗੁਜ਼ਾਰਨ ਦਾ ਕਿ ਤੋਹਫ਼ੇ ਕਰ ਲਓ ਇੱਕ ਦੂਜੇ ਨੂੰ ਤਾਂ ਕਿ ਆਪਸ ਵਿੱਚ ਜੁੜਤ ਪੈਦਾ ਹੋਏ ਮੁਹੱਬਤ ਪੈਦਾ ਹੋਏ ਪਿਆਰ ਪੈਦਾ ਹੋਏ ਮੁਆਸ਼ਰੇ ਦੇ ਅੰਦਰ ਸਾਫਟ ਇਮੇਜ ਨੂੰ ਕਿਹਾ ਜਾਂਦਾ ਹੈ ਉਹ ਉਭਰੇ ਔਰ ਇਸ ਚੀਜ਼ ਨੂੰ ਆਪ ਬਿਆਨ ਕਰ ਰਹੇ ਨੇ ਕਿ ਇੱਕ ਦੂਜੇ ਨੂੰ ਤੋਹਫ਼ੇ ਕਰਨੇ ਜਾਂ ਇਹਦੇ ਨਾਲ ਨਾਲ ਵਸੇਬ ਵਿੱਚੋਂ ਗਾਜਰ ਤੇ ਬੇਰ ਦਾ ਬਿਆਨ ਕੀਤਾ ਹੱਥਨੀ ਵੱਟੂ ਹੱਥੜੇ ਪੈਰਾਂ ਵੱਟੂ ਪੈਰ ਤੁਸਾਂ ਨਾ ਮੁੱਤੀਆਂ ਗਾਜਰਾਂ ਅਸਾਂ ਨਾ ਮੁੱਤੇ ਬੇਰ ਮੁੰਝ ਅਗਲੀ ਅਲਾਮਤ ਜਿਹੜੀ ਵਸੇਬੀ ਅਲਾਮਤ ਹੈ ਉਹ ਆਪਨੇ ਮੁੰਝ ਦੀ ਵਰਤੀ ਹੈ ਆਜ ਦੀ ਰੱਬ ਸੋਨੇ ਨੂੰ ਬਹੁ ਪਸੰਦ ਹੈ ਜਦਕਿ ਤਕੱਬਰ ਰੱਬ ਰਹੀਮ ਤੇ ਕਰੀਮ ਦੇ ਹਾਂ ਬਹੁ ਮੰਦਾ ਅਮਲ ਹੈ ਬਾਬਾ ਜੀ ਫਰੀਦ ਰਹਿਮਤੁੱਲਾ ਅਲੈਹ ਆਜਦੀ ਦੀ ਮੱਤ ਦਿੰਦਿਆਂ ਲਿਖਦੇ ਨੇ ਫਰੀਦਾ ਮੈਂ ਨੂੰ ਮੁੰਝ ਕਰ ਨਿੱਕੀ ਕਰ ਕਰ ਕੁੱਟ ਬਰੇ ਖਜ਼ਾਨੇ ਰੱਬ ਦੇ ਜੋ ਬਾਵੇ ਸੋ ਲੁੱਟ ਹਮੇਸ਼ਾ ਤੋਂ ਹਰ ਸੂਫੀ ਹਰ ਵੱਡਾ ਆਲਮ ਇਸ ਗੱਲ ਵੱਲ ਪ੍ਰੇਰ ਰਿਹਾ ਕਿ ਬਈ ਤਕੱਬਰ ਤੋਂ ਬਚੋ ਗਰੂਰ ਤੋਂ ਬਚੋ ਔਰ ਆਜਦੀ ਇਨਕਸਾਰੀ ਇਖਤਿਆਰ ਕਰੋ ਮੁੰਝ ਦੀ ਰੱਸੀ ਦੀ ਆਹ ਮਿਸਾਲ ਦੇ ਰਹੇ ਨੇ ਕਿ ਜਿਸ ਤਰ੍ਹਾਂ ਮੁੰਝ ਦੀ ਰੱਸੀ ਤੋਂ ਵਾਹਣ ਬਣਾਇਆ ਜਾਂਦਾ ਤੇ ਉਹਨੂੰ ਕੁੱਟ ਕੁੱਟ ਕੇ ਕੁੱਟ ਕੁੱਟ ਕੇ ਇੰਨਾ ਉਹਨੂੰ ਕੁੱਟਿਆ ਜਾਂਦਾ ਹੈ ਕਿ ਉਹ ਆਖਰੇਕਾਰ ਇੱਕ ਉਹਦਾ ਵਾਹਣ ਤਿਆਰ ਹੁੰਦਾ ਹੈ ਜਿਸ ਵਾਹਣ ਤੋਂ ਫਿਰ ਮੰਜੀ ਦੇ ਉੱਤੇ ਉਹਨੂੰ ਉਣਿਆ ਜਾਂਦਾ ਹੈ ਔਰ ਫਿਰ ਉਹ ਜਿਸਲੇ ਉਹ ਵਾਹਣ ਦੇ ਜ਼ਰੀਏ ਉਹ ਜਿਸਲੇ ਉਹ ਉਹ ਮੰਜੀ ਜਿਹੜੀ ਬਣ ਜਾਂਦੀ ਤਿਆਰ ਹੋ ਜਾਂਦੀ ਹੈ ਦੌਣਾਂ ਉਹਦੀਆਂ ਬੁਲਾ ਕੇ ਉੱਤੇ ਫਿਰ ਬੈਠਿਆ ਜਾਂਦਾ ਹੈ ਲੇਟਿਆ ਜਾਂਦਾ ਹੈ ਆਰਾਮ ਕੀਤਾ ਜਾਂਦਾ ਹੈ ਯਾਨੀ ਕਿਹਾ ਜਾ ਰਿਹਾ ਕਿ ਮੁਕੰਮਲ ਤੌਰ ਤੇ ਇਹ ਬੰਦੇ ਤੂੰ ਆਜਦੀ ਇਖਤਿਆਰ ਕਰ ਔਰ ਮੁੰਝ ਦੀ ਤਰ੍ਹਾਂ ਫਰੀਦਾ ਮੈਂ ਨੂੰ ਮੁੰਝ ਕਰ ਯਾਨੀ ਆਪਣੀ ਮੈਂ ਨੂੰ ਆਪਣੇ ਆਪਣੀ ਖੁਦੀ ਤੇ ਤਕੱਬਰ ਨੂੰ ਤਰੋੜ ਤੇ ਰੱਬ ਦੇ ਸਾਹਮਣੇ ਆਜਦੀ ਇਖਤਿਆਰ ਕਰ ਰੱਬ ਨੂੰ ਸਿਰਫ ਆਜਦੀ ਪਸੰਦ ਹੈ ਇਨਕਸਾਰੀ ਪਸੰਦ ਹੈ ਫਰੀਦਾ ਮੈਂ ਨੂੰ ਮੁੰਝ ਕਰ ਨਿੱਕੀ ਕਰ ਕਰ ਕੁੱਟ ਭਰੇ ਖਜ਼ਾਨੇ ਰੱਬ ਦੇ ਜੋ ਬਾਵੇ ਸੋ ਲੁੱਟ ਯਾਨੀ ਜਿਸਲੇ ਤੂੰ ਆਜਦੀ ਇਖਤਿਆਰ ਕਰੇਗਾ ਤੇ ਦੇਖ ਮੁੰਝ ਦੀ ਰੱਸੀ ਵੱਲ ਕਿ ਉਹ ਕਾਰਾਮਦ ਹੋਈ ਤੇ ਬੰਦੇ ਤੂੰ ਵੀ ਕਾਰਾਮਦ ਹੋ ਜਾਏਗਾ ਜਦੋਂ ਤੂੰ ਆਜਜ਼ੀ ਇਖਤਿਆਰ ਕਰੇਗਾ ਇਨਕਸਾਰੀ ਇਖਤਿਆਰ ਕਰੇਗਾ ਗਰੂਰ ਨੂੰ ਤਰੋੜ ਦੇਗਾ ਤਕੱਬਰ ਨੂੰ ਭੰਨ ਦੇਗਾ ਤੇ ਫਿਰ ਵੇਖੀ ਉਸ ਆਜਜ਼ੀ ਪਾਰੋਂ ਰੱਬ ਦੇ ਖਜ਼ਾਨੇ ਬੜੇ ਖੁੱਲੇ ਨੇ ਫਰੀਦਾ ਮੈਂ ਨੂੰ ਮੁੰਝ ਕਰ ਨਿੱਕੀ ਕਰ ਕਰ ਕੁੱਟ ਭਰੇ ਖਜ਼ਾਨੇ ਰੱਬ ਦੇ ਜੋ ਭਾਵੇ ਸੋ ਲੁੱਟ ਫਿਰ ਜੋ ਤੂੰ ਚਾਹਵੇਂਗਾ ਉਹ ਰੱਬ ਦੇ ਖਜ਼ਾਨਿਆਂ ਦੇ ਵਿੱਚੋਂ ਤੈਨੂੰ ਮਿਲੇਗਾ ਅਗਲੀ ਵਸੇਬੀ ਅਲਾਮਤ ਬਾਬਾ ਜੀ ਫਰੀਦ ਜਿਹੜੀ ਵਰਤਦੇ ਨੇ ਉਹ ਜਵਾਰ ਹੈ ਹੱਕ ਦੀ ਰਾਹ ਉੱਤੇ ਇਸਤਕਾਮਤ ਅਤ ਜ਼ਰੂਰੀ ਹੈ ਸਾਰੀ ਹਯਾਤੀ ਰੱਬ ਦੀ ਅਤਾਤ ਵਿੱਚ ਗੁਜ਼ਾਰਨ ਦੇ ਹਵਾਲੇ ਨਾਲ ਗੱਲ ਕਰਦਿਆਂ ਬਾਬਾ ਜੀ ਫਰੀਦ ਰਹਿਮਤੁੱਲਾ ਅਲੈਹ ਜਵਾਰ ਦੀ ਅਲਾਮਤ ਵਰਤ ਕੇ ਗੱਲ ਕਰਦੇ ਨੇ ਅਤੇ ਲਿਖਦੇ ਨੇ ਜਿਹੜਾ ਮਸ਼ਹੂਰ ਸ਼ੇਰ ਮੈਂ ਆਪਣੀ ਹਰ ਬੈਠਕ ਦੇ ਸ਼ੁਰੂ 'ਚ ਪੜ੍ਹਨਾ ਔਰ ਇਹ ਸਾਡੀ ਜਿਹੜੀ ਲੋਕ ਲਹਿਰ ਹੈ ਸਾਡੀ ਜਿਹੜੀ ਤਨਜ਼ੀਮ ਵੀ ਹੈ ਪੂਕ ਪਾਕਿਸਤਾਨ ਪੂਕ ਸਾਡਾ ਚੈਨਲ ਵੀ ਹੈ ਪੇਜ ਵੀ ਹੈ
ਤੇ ਉਹ 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 ਇਸ ਦੇ ਵਿੱਚ ਵੀ ਜਵਾਹਰ ਦੀ ਅਲਾਮਤ ਬਾਬਾ ਜੀ ਫਰੀਦ ਵਰਤਦੇ ਨੇ। ਕੀ ਲਿਖਦੇ ਨੇ? ਕੂਕ ਫਰੀਦਾ ਕੂਕ, ਤੂੰ ਜਿਉਂ ਰਾਖਾ ਜਵਾਹਰ, ਜਬ ਲੱਗ ਟਾਂਡਾ ਨਾ ਗਿਰੇ ਤਬ ਲੱਗ ਕੂਕ ਪੁਕਾਰ। ਯਾਨੀ ਇਹ ਬੰਦੇ ਇਸਤਕਾਮਤ ਇਖਤਿਆਰ ਕਰ ਰੱਬ ਦੀ ਰਾਹ ਦੇ ਅੰਦਰ, ਸਾਰੀ ਜ਼ਿੰਦਗੀ ਰੱਬ ਦੀ ਬੰਦਗੀ ਕਰ, ਹੱਜ ਰੋਜ਼ਾ ਜ਼ਕਾਤ ਇਸ ਸਾਰੀਆਂ ਚੀਜ਼ਾਂ ਤੋਂ ਅਦਾ ਕਰ। ਜਿਸ ਤਰ੍ਹਾਂ ਕਿ ਇੱਕ ਹੋਰ ਥਾਂ ਬਾਬਾ ਜੀ ਫਰੀਦ ਕਹਿੰਦੇ ਨੇ ਕਿ ਬੇਨਮਾਜ਼ਾ ਕੁੱਤਿਆ ਇਹ ਨਾ ਭਲੀ ਰੀਤ, ਕਦੀ ਚੱਲ ਨਾ ਆਇਓ ਪੰਜੇ ਵਕਤ ਮਸੀਤ। ਯਾਨੀ ਪੰਜ ਵਕਤ ਨਮਾਜ਼ ਦਾ ਦਰਸ ਦੇ ਰਹੇ ਨੇ ਤੇ ਇਸ ਤਰ੍ਹਾਂ ਸਾਰੀ ਹਜਾਤੀ ਨੂੰ ਸਵਾਰਨ ਦਾ ਕਹਿ ਰਹੇ ਨੇ, ਔਰ ਜਵਾਰ ਦੀ ਅਲਾਮਤ ਵਰਤ ਕੇ ਕੀ ਆਖ ਰਹੇ ਨੇ? ਕੂਕ ਫਰੀਦਾ ਕੂਕ, ਤੂੰ ਜਿਉਂ ਰਾਖਾ ਜਵਾਰ, ਜਬ ਲੱਗ ਟਾਂਡਾ ਨਾ ਗਿਰੇ ਤਬ ਲੱਗ ਕੂਕ ਪੁਕਾਰ। ਯਾਨੀ ਜਵਾਰ ਦਾ ਰਾਖਾ ਖਲੋਤਾ ਹੋਵੇ ਤੂੰ ਕੂਕਦਾ, ਉਹ ਓਨੀ ਦੇਰ ਤੱਕ ਕੂਕਦਾ ਤਾਂ ਕਿ ਉਹ ਆਪਣੇ ਪਰਿੰਦਿਆਂ ਨੂੰ ਜਾਂ ਜਿਹੜੇ ਹੋਰ ਨੁਕਸਾਨ ਪਹੁੰਚਾਉਣ ਵਾਲੇ ਪੌਦੇ ਨੂੰ, ਜਿਹੜੇ ਜਾਨਵਰ ਨੇ ਉਹਨਾਂ ਨੂੰ ਦੂਰ ਹਟਾਉਂਦਾ। ਉਹ ਇੱਕ ਰਾਖਾ ਓਨੀ ਦੇਰ ਤੱਕ ਰਖਵਾਲੀ ਕਰਦਾ ਜਿਨ ਦੇਰ ਤੱਕ ਟਾਂਡਾ ਗਿਰ ਨਹੀਂ ਜਾਂਦਾ ਜਾਂ ਉਹਨੂੰ ਕੱਟਿਆ ਨਹੀਂ ਜਾਂਦਾ ਜਾਂ ਉਹਨੂੰ ਵੱਢਿਆ ਨਹੀਂ ਜਾਂਦਾ ਚਾਰੇ ਦੇ ਤੌਰ 'ਤੇ। ਇਹ ਬੰਦੇ ਜਿੰਨੀ ਦੇਰ ਤੱਕ ਤੇਰੀ ਮੌਤ ਨਹੀਂ ਆਉਂਦੀ, ਤੂੰ ਜ਼ਿੰਦਗੀ ਦਾ ਇੱਕ ਇੱਕ ਪਲ, ਇੱਕ ਇੱਕ ਲਮਹਾ ਉਹ ਰੱਬ ਦੀ ਯਾਦ ਦੇ ਅੰਦਰ ਗੁਜ਼ਾਰ। ਮਤਲਬ ਇਹ ਵੇ ਕਿ ਹਰ ਵੇਲਾ ਹਰ ਤਰ੍ਹਾਂ ਜਿਹੜਾ ਸਾਹ ਹੋਵੇ ਉਹ ਰੱਬ ਦੇ ਹੁਕਮ ਦੇ ਮੁਤਾਬਕ ਲੰਘੇ। ਕੂਕ ਫਰੀਦਾ ਕੂਕ, ਯਾਨੀ ਪੁਕਾਰ ਰੱਬ ਨੂੰ, ਰੱਬ ਦੀ ਇਤਾਤ ਦੇ ਅੰਦਰ ਜ਼ਿੰਦਗੀ ਗੁਜ਼ਾਰ। ਕੋਈ ਅਮਲ ਵੀ ਐਸਾ ਨਾ ਕਰ ਜਿਹੜਾ ਕਿ ਰਾਹੇ ਹੱਕ ਤੋਂ ਹੱਟ ਕੇ ਹੋਵੇ। ਹੱਕ ਦੀ ਰਾਹ ਉੱਤੇ ਇਸਤਕਾਮਤ ਇਖਤਿਆਰ ਕਰ। ਬੜਾ ਸੋਹਣਾ ਬਿਆਨ ਹੈ, ਉਹ ਜਵਾਰ ਦੀ ਅਲਾਮਤ ਵਰਤੀ। ਕੂਕ ਫਰੀਦਾ ਕੂਕ, ਤੂੰ ਜਿਉਂ ਰਾਖਾ ਜਵਾਰ, ਜਬ ਲੱਗ ਟਾਂਡਾ ਨਾ ਗਿਰੇ ਤਬ ਲੱਗ ਕੂਕ ਪੁਕਾਰ। ਬਾਬਾ ਫਰੀਦੁਦੀਨ ਸ਼ਕਰਗੰਜ ਰਹਿਮਤੁੱਲਾ ਅਲੈਹ, ਪੰਜਾਬ ਤੇ ਪੰਜਾਬੀ, ਇਸ ਸਰਨਾਵੇ ਹੇਠ ਕੀਤੀ ਗਈ ਪਰਖ ਪੜਚੋਲ ਅੱਜ ਤੋਂ 850 ਵਰੇ ਪਹਿਲਾਂ ਦੇ ਪੰਜਾਬੀ ਦੇ ਵਸੇਬ ਨੂੰ ਬਿਆਨ ਕਰਦੀ ਹੈ। ਪੰਜਾਬੀ ਦੇ ਮੋਢੀ ਸੂਫੀ ਸ਼ਾਇਰ ਹਜ਼ਰਤ ਬਾਬਾ ਫਰੀਦ ਰਹਿਮਤੁੱਲਾ ਅਲੈਹ ਨੇ ਲੁਕਾਈ ਨਾਲ ਤਾਲਕ ਰੱਖਿਆ, ਉਹਨਾਂ ਲਈ ਸੋਚਿਆ, ਉਹਨਾਂ ਨੂੰ ਹੱਕ ਵੱਲ ਟੋਰਿਆ ਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਲੋਕਾਈ ਦੀ ਹਯਾਤੀ ਵਿੱਚੋਂ ਮਿਸਾਲਾਂ ਦੇ ਕੇ ਗੱਲ ਕੀਤੀ। ਮੁੱਖ ਦੀ ਗੱਲ ਇਹ ਵੀ ਪਈ ਹਜ਼ਰਤ ਬਾਬਾ ਫਰੀਦੁਦੀਨ ਸ਼ਕਰਗੰਜ ਰਹਿਮਤੁੱਲਾ ਅਲੈਹ ਦੀ ਧਰਤੀ ਦੇ ਵਸੇਬ ਨਾਲ ਜੁੜਤ ਬਹੁ ਡੂੰਘੀ ਏ ਤੇ ਆਪ ਦੇ ਵਿਚਾਰ ਇਸ ਜੁੜਤ ਨੂੰ ਬਿਆਨ ਕਰਦੇ ਨੇ। ਯਾਨੀ ਮਤਲਬ ਗੱਲ ਇਹ ਵੀ ਕਿ ਬਾਬੇ ਹੋਰਾਂ ਨੇ ਅੱਜ ਤੋਂ 900 ਸਾਲ ਪਹਿਲਾਂ ਜਿਹੜੀ ਆਪਣੀ ਹਯਾਤੀ ਲੰਘਾਈ ਉਹ ਵਸੇਬ ਵਿੱਚ ਰਹਿ ਕੇ ਲੰਘਾਈ। ਕਿਧਰੇ ਉਹ ਸਮਝਾਉਣ ਲਈ ਬੇਰ ਦੀ ਅਲਾਮਤ ਵਰਤਦੇ ਨੇ, ਗਾਜਰ ਦਾ ਜ਼ਿਕਰ ਕਰਦੇ ਨੇ, ਸ਼ੱਕਰ ਦਾ ਜ਼ਿਕਰ ਕਰਦੇ ਨੇ, ਕਪਾਹ ਦਾ ਜ਼ਿਕਰ ਕਰਦੇ ਨੇ, ਟੋਏ ਟਿੱਬੇ ਦਾ ਜ਼ਿਕਰ ਕਰਦੇ ਨੇ, ਮੁੰਜ ਦੀ ਰੱਸੀ ਦਾ ਜ਼ਿਕਰ ਕਰਦੇ ਨੇ, ਰੁੱਖ ਦਾ ਜ਼ਿਕਰ ਕਰਦੇ ਨੇ, ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਰਾਹ ਬੁਰਾਂਦ, ਦਿਲ ਦੀ ਲਾ ਬੁਰਾਂਦ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ, ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾ, ਅੱਗੇ ਮੂਲ ਨਾ ਆਵਸੀ ਦੋਜ਼ਖ ਸਨ ਦੀ ਬਾਹ, ਫਰੀਦਾ ਮੈਂ ਨੂੰ ਮੁੰਜ ਕਰ ਨਿੱਕੀ ਕਰ ਕਰ ਕੁੱਟ, ਬਰੇ ਖਜ਼ਾਨੇ ਰੱਬ ਦੇ ਜੋ ਬਾਵੇ ਸੋ ਲੁੱਟ। ਯਾਨੀ ਕਿਧਰੇ ਮੁੰਜ ਦੀ ਅਲਾਮਤ ਹੈ, ਕਿਧਰੇ ਜਵਾਬ ਦੀ ਅਲਾਮਤ ਹੈ। ਯਾਨੀ ਆਪ ਦਾ ਸਾਰਾ ਕਲਾਮ ਗੱਲਾਂ ਆਪ ਰਾਹੇ ਮੁਸਤਕੀਮ ਦੇ ਹਵਾਲੇ ਨਾਲ ਕਰ ਰਹੇ ਨੇ, ਸਿਰਾਤ ਮੁਸਤਕੀਮ ਵੱਲ ਪ੍ਰੇਰ ਰਹੇ ਨੇ ਲੋਕਾਂ ਨੂੰ।
ਹੱਕ ਦੀ ਰਾਹ ਵੱਲ ਟੋਰ ਰਹੇ ਨੇ, ਸੱਚੇ ਪੰਥ ਦਾ ਦਰਸ ਦੇ ਰਹੇ ਨੇ ਕਿ ਇਸ ਪੰਥ ਤੇ ਆ ਬੰਦੇ ਟੁਰ, ਅਲਾਮਤਾਂ ਵਸੇਬ ਵਿੱਚੋਂ ਬਿਆਨ ਕਰ ਰਹੇ ਨੇ। ਯਾਨੀ ਇਹ ਆਪ ਦੇ ਜਿਹੜੇ ਵਸੇਬੀ ਵਿਚਾਰ ਨੇ ਉਹਨਾਂ ਦੇ ਵਿੱਚ ਮਾਰਫਤ ਦੀਆਂ ਗੱਲਾਂ ਨੇ, ਮਗਰ ਕਲਾਮ ਲੁਕਾਈ ਲਈ ਸਹਿਲ ਹੈ ਕਿਉਂਕਿ ਸਾਰੀਆਂ ਅਲਾਮਤਾਂ ਵਸੇਬ ਵਿੱਚੋਂ ਨੇ। ਤੋ ਜੀ, ਅੱਜ ਦਾ ਜਿਹੜਾ ਸਾਡਾ ਪ੍ਰਾਗਿਆ ਉਹ ਬਿਆਨ ਹੋ ਗਿਆ ਹੈ। ਬਾਬਾ ਹਜ਼ਰਤ ਬਾਬਾ ਫਰੀਦੁਦੀਨ ਚੱਕਰਗੰਜ, ਬਾਬਾ ਫਰੀਦੁਦੀਨ ਚੱਕਰਗੰਜ ਰਹਿਮਤੁੱਲਾ ਅਲੈਹ, ਪੰਜਾਬ ਅਤੇ ਪੰਜਾਬੀ ਪਹਿਲਾ ਪ੍ਰਾਗਾ ਵਸੇਬੀ ਵਿਚਾਰ, ਸਫ਼ਾ 35 ਤੋਂ ਸਫ਼ਾ 38। ਹੁਣ ਅਸੀਂ ਇਸ ਤੋਂ ਬਾਅਦ ਜਿਹੜੀ ਅਗਲੀ ਚੌਥੀ ਬੈਠਕ ਕਰਾਂਗੇ ਉਹ ਬਾਬਾ ਫਰੀਦੁਦੀਨ ਚੱਕਰਗੰਜ ਪੰਜਾਬ ਅਤੇ ਪੰਜਾਬੀ ਦੂਜਾ ਪ੍ਰਾਗਾ ਮੁਸਾਮਤੀ ਵਿਚਾਰਾਂ ਦੇ ਹਵਾਲੇ ਨਾਲ ਕਰਾਂਗੇ। ਅੱਜ ਦੀ ਪੰਜਾਬੀ ਬੈਠਕ ਦੇ ਵਿੱਚ ਤੁਹਾਡੇ ਸਾਹਮਣੇ ਕੂਕ ਪਾਕਿਸਤਾਨ ਕੂਕ ਦੇ ਚੌਂਕ ਸਫ਼ਾ 35 ਤੋਂ ਸਫ਼ਾ 38 ਤਾਈਂ ਬਿਆਨ ਕੀਤਾ ਗਿਆ ਅਤੇ ਤੁਹਾਡੀ ਸੇਵਾ ਦੇ ਵਿੱਚ ਮੈਂ ਸਾਰਾ ਕੁਝ ਬਿਆਨ ਕੀਤਾ। ਹੁਣ ਆਖਿਰ ਦੇ ਵਿੱਚ ਮੈਂ ਤੁਹਾਡੀ ਸੇਵਾ 'ਚ ਅਰਜ਼ ਕਰਾਂਗਾ ਕਿ ਸਾਡਾ ਇਹ ਜਿਹੜਾ ਜਿਹੜੀ ਵੀਡੀਓ ਹੈ, ਯੂਟਿਊਬ ਚੈਨਲ ਜਿਹੜਾ ਸਾਡਾ ਕੂਕ ਪਾਕਿਸਤਾਨ ਕੂਕ ਜੀ ਉਹਦਾ ਨਾਂ ਹੈ, ਉਹ ਉੱਤੇ ਚੜ੍ਹਾ ਦਿੱਤੀ ਜਾਂਦੀ ਹੈ। ਪਿਛਲੀਆਂ ਵੀਡੀਓਜ਼ ਤੋਂ ਹੋਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿੰਦੀਆਂ ਨੇ। ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ, ਇਹਦੇ ਨਾਲ ਨਾਲ ਟੱਲੀ ਦੇ ਬਟਨ ਨੂੰ ਵੀ ਦਬਾਓ, ਪ੍ਰੈਸ ਕਰੋ ਤਾਂ ਜੇ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਲਓ ਜੀ, ਅਸੀਂ ਇਸ ਦੇ ਨਾਲ ਹੀ ਤੁਹਾਡੇ ਕੋਲ ਇਜਾਜ਼ਤ ਚਾਹਾਂਗੇ। ਲੈ ਉਹ ਯਾਰ ਹਵਾਲੇ ਰੱਬ ਦੇ, ਮੇਲੇ ਚਾਰ ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋ ਸੀ, ਜਿਸ ਦਿਨ ਫਿਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਵੇਲੀ।